International Islamic Research Center. سبيل الدموع سبيل سبيل الدموع سبيل كان هدى يا صاحي كي تستريح سبيل الدموع سبيل كان هدى يا صاحي كي تستريح. الحمد لله وحده والصلاة والسلام على من لا نبي بعد. اللهم صل على محمد وعلى آل محمد وبارك وسلم وصل عليه. اما بعد، فاعوذ بالله السميع العليم من الشيطان الرجيم. بسم الله الرحمن الرحيم. فمن زحزح عن النار وأدخل الجنة فقد فاز، وما الحياة الدنيا إلا متاع الغرور. جس دور پہ نازاں تھی دنیا، اب ہم وہ زمانہ بھول گئے. اوروں کو جگانا یاد رہا، خود ہوش میں آنا بھول گئے. منہ دیکھ لیا آئینے میں، پر داغ نہ دیکھا سینے میں. دل ایسا لگایا جینے میں، مرنے کو مسلمان بھول گئے. حضرات گرامی، اس کائنات دے اندر کوئی بھی انسان اپنی مرضی دے نال نہیں آندا، اور نہ ہی کوئی انسان اپنی مرضی دے نال اس دنیا نو چھوڑ کے جاندا ہے. انسان اس دنیا دے اندر آندا بھی اللہ دی مرضی دے نال ہے، اور جاندا بھی اللہ دی مرضی دے نال ہے. جدو انسان نے اپنی مرضی نال دنیا تے آنا نہیں، اور اپنی مرضی نال اس دنیا تو جانا نہیں، تو پھر موت و حیات دے درمیان ایک مختصر جیا پیریڈ ہے جنوں زندگی کیا جاندا ہے. انسان دی زندگی دا ایک ایک لمحہ بھی اس اللہ دی مرضی دے مطابق ہی گزرنا چاہید ہے. جدو انسان اپنی زندگی دے شب و روز اللہ دی مرضی دے مطابق گزارے گا، مرن تو بعد جنت ملے گی، اور جنت اندر اعلان ہوئے گا دنیا تے میریاں مرضیاں نو پورا کرن والیا، آج جنت دے اندر تیریاں تمام مرضیاں نو پورا کر دیتا جائے گا. حضرات، یہ دنیا دل لگانے والی جگہ نہیں ہے، بلکہ انسان دا حقیقی گھر اللہ دی جنت ہے. دنیا دی غفلت دے اندر کتے آخرت نو نہ بھول جانا، آخرت نو ہر وقت یاد رکھنا ہے. نبی علیہ السلام نے فرمایا کہ جدو بندہ گناہ کردہ نا، گناہ کرم دی وجہ دے نال
ਉਹਦੇ ਦਿਲ ਤੇ ਇੱਕ ਕਾਲਾ ਨਿਸ਼ਾਨ ਲੱਗ ਜਾਂਦਾ, ਫਿਰ ਗੁਨਾਹ ਕਰਦਾ, ਫਿਰ ਕਾਲਾ ਨੁਕਤਾ ਲੱਗ ਜਾਂਦਾ, ਹੱਤਾ ਕਿ ਗੁਨਾਹ ਕਰ ਕਰਕੇ, ਗਲਤੀਆਂ ਕਰ ਕਰਕੇ, ਖਤਾਵਾਂ ਕਰ ਕਰਕੇ ਇਨਸਾਨ ਦਾ ਸਾਰੇ ਦਾ ਸਾਰਾ ਦਿਲ ਕਾਲਾ ਹੋ ਜਾਂਦਾ। ਫਰਮਾਇਆ, ਲੋਗੋ ਅਗਰ ਚਾਹੁੰਦੇ ਜੇ ਤੁਹਾਡੇ ਕਾਲੇ ਦਿਲ ਅੱਲਾ ਦੁਬਾਰਾ ਆਬਾਦ ਕਰ ਦੇ, ਕਸਰਤ ਦੇ ਨਾਲ ਕੁਰਾਨ ਦੀਆਂ ਤਲਾਵਤਾਂ ਕਰਿਆ ਜੇ, ਔਰ ਉਹਦੇ ਨਾਲ ਨਾਲ ਲਜ਼ਤਾਂ ਨੂੰ ਮਿਟਾ ਦੇਣ ਵਾਲੀ ਚੀਜ਼ ਮੌਤ ਨੂੰ ਕਸਰਤ ਦੇ ਨਾਲ ਯਾਦ ਕਰਿਆ ਜੇ, ਜਦੋਂ ਕਸਰਤ ਦੇ ਨਾਲ ਮੌਤ ਨੂੰ ਯਾਦ ਕਰੋਗੇ, ਅੱਲਾ ਤੁਹਾਡੇ ਮੁਰਦਾ ਦਿਲਾਂ ਦੀ ਬੰਜਰ ਜ਼ਮੀਨ ਨੂੰ ਮੌਤ ਨੂੰ ਯਾਦ ਕਰਨ ਦੀ ਵਜ੍ਹਾ ਦੇ ਨਾਲ ਆਪਣੀ ਰਹਿਮਤ ਨਾਲ ਆਬਾਦ ਕਰ ਦੇਣਗੇ। ਅੱਲਾ ਸਾਨੂੰ ਸਹੀ ਮਾਨੇ ਅੰਦਰ ਮੌਤ ਦੀ ਫਿਕਰ ਕਰਨ ਦੀ ਤੌਫੀਕ ਅਤਾ ਫਰਮਾਏ। ਹਜ਼ਰਾਤ, ਇਹ ਤੇ ਇੱਕ ਐਸਾ ਅਟਲ ਫੈਸਲਾ ਹੈ, ਅੱਲਾ ਪਾਕ ਨੇ ਆਪਣੇ ਕੁਰਾਨ ਪਾਕ ਅੰਦਰ ਐਲਾਨ ਫਰਮਾਇਆ। ਤਵੱਜੋ ਫਰਮਾਨਾ, ਚੰਦ ਮਿੰਟਸ ਦੇ ਅੰਦਰ ਇੱਕ ਆਖਰਤ ਦੀ ਫਿਕਰ ਦਾ ਪੈਗਾਮ ਦੇਣਾ ਚਾਹਨਾ, ਔਰ ਦੁਆ ਕਰਾਂਗੇ ਅੱਲਾ ਮੇਰੇ ਸਮੇਤ ਸਭ ਨੂੰ ਆਖਰਤ ਬਿਹਤਰ ਬਣਾਉਣ ਦੀ ਤੌਫੀਕ ਅਤਾ ਫਰਮਾਏ। ਅਜ਼ੀਜ਼ਾਂ ਨੇ ਮਨ ਤਵੱਜੋ ਫਰਮਾਨਾ, ਆ ਮੇਰੇ ਆ ਮੁਸਲਮਾਨ ਵੀਰਾ, ਅੱਲਾਹ ਦਾ ਕੁਰਾਨ ਐਲਾਨ ਕਰ ਰਿਹਾ ਵੇ, ਮੇਰੇ ਰੱਬੁਲ ਆਲਮੀਨ ਨੇ ਐਲਾਨ ਫਰਮਾਇਆ, ਫਰਮਾਇਆ ਕੁੱਲੋ ਨਫਸਿਨ ਜ਼ਾਇਕਤੁਲ ਮੌਤ ਵਇਨਮਾ ਤੁਵਫਉਨਾ ਉਜੂਰਕੁਮ ਯੌਮਲ ਕਿਯਾਮਤਿ ਫਮਨ ਜ਼ੁਹਜ਼ਿਹਾ ਅਨਿਨਾਰੀ ਵਉਦਖਿਲਲ ਜੰਨਤਾ ਫਕਦ ਫਾਜ਼ ਵਮਲ ਹਯਾਤੁ ਦੁਨੀਆ ਇਲਾ ਮਤਾਉਲ ਗੁਰੂਰ। ਫਰਮਾਇਆ, ਲੋਗੋ ਹਰ ਬੰਦਾ ਜੋ ਇਸ ਦੁਨੀਆ ਅੰਦਰ ਆਇਆ ਹੈ, ਉਹਨੇ ਮੌਤ ਦਾ ਜ਼ਾਇਕਾ ਚਖਣਾ ਹੀ ਚਖਣਾ ਹੈ, ਉਹਨੇ ਮੌਤ ਦਾ ਪਿਆਲਾ ਪੀਣਾ ਹੀ ਪੀਣਾ ਹੈ। ਹਜ਼ਰਾਤ ਤੇ ਗਿਰਾਮੀ, ਤਾਂ ਤੇ ਕਰਬੀ ਦਾ ਸ਼ਹਿਰ ਬੋਲਿਆ, ਬੋਲ ਕਰਕੇ ਕਹਿਣੇ ਲਗਾ, ਅਲ ਮੌਤ ਕਦ ਹੁਨ ਕੁੱਲੁ ਨਫਸਿਨ ਸ਼ਾਰਿਬੁਹਾ ਵਲ ਕਬਰੁ ਬਾਬੁਨ ਕੁੱਲੁ ਨਫਸਿਨ ਦਾਖਿਲੁਹਾ। ਲੋਗੋ, ਮੌਤ ਕੈਸਾ ਪਿਆਲਾ ਨਾ ਕਿ ਹਰ ਬੰਦੇ ਨੇ ਇਹਨੂੰ ਪੀਣਾ ਹੀ ਪੀਣਾ ਹੈ। ਕਬਰ ਇੱਕ ਐਸਾ ਦਰਵਾਜ਼ਾ ਵੇ, ਹਰ ਬੰਦੇ ਨੇ ਇਹਦੇ ਅੰਦਰੋਂ ਗੁਜ਼ਰਨਾ ਹੀ ਗੁਜ਼ਰਨਾ ਹੈ। ਪਰ ਮੈਂ ਹਰ ਬੰਦਾ ਜੋ ਇਸ ਦੁਨੀਆ ਅੰਦਰ ਆਇਆ, ਉਹਨੇ ਮੌਤ ਦਾ ਪਿਆਲਾ ਪੀਣਾ ਹੀ ਪੀਣਾ ਹੈ। ਹਜ਼ਰਾਤ ਤੇ ਗ੍ਰਾਮੀ, ਅੱਲਾਹ ਦੇ ਕੁਰਾਨ ਦਾ ਦੂਸਰਾ ਮੁਕਾਮ, ਮੇਰੇ ਰੱਬੁਲ ਆਲਮੀਨ ਨੇ ਐਲਾਨ ਫਰਮਾਇਆ, ਫਰਮਾਇਆ ਕੁੱਲੁ ਮਨ ਅਲੈਹਾ ਫਾਨ ਵਯਬਕਾ ਵਜਹੁ ਰੱਬਿਕਾ ਜ਼ੁਲ ਜਲਾਲਿ ਵਲ ਇਕਰਾਮ। ਫਰਮਾਇਆ, ਲੋਗੋ ਹਰ ਚੀਜ਼ ਨੇ ਫਨਾ ਹੋ ਜਾਣਾ ਵੇ, ਅਗਰ ਬਾਕੀ ਬਚਨ ਵਾਲੀ ਜ਼ਾਤ ਮੇਰੇ ਰੱਬੁਲ ਆਲਮੀਨ ਦੀ ਜ਼ਾਤ। ਹਜ਼ਰਾਤ ਤੇ ਗ੍ਰਾਮੀ, ਤੀਸਰਾ ਮੁਕਾਮ ਅੱਲਾਹ ਦੇ ਕੁਰਾਨ ਦਾ, ਮੇਰੇ ਰੱਬੁਲ ਆਲਮੀਨ ਨੇ ਐਲਾਨ ਫਰਮਾਇਆ, ਅਈਨਮਾ ਤਕੂਨੂ ਯੁਦਰਿਕੁਮੁਲ ਮੌਤ ਵਲਉ ਕੁੰਤੁਮ ਫੀ ਬੁਰੂਜਿਮ ਮੁਸ਼ਯਯਦਤਿਨ। ਲੋਗੋ, ਜਿੱਥੇ ਵੀ ਚਲੇ ਜਾਵੋ, ਮੌਤ ਦਾ ਪੈਗਾਮ ਉੱਥੇ ਆ ਕਰਕੇ ਰਹੇਗਾ। ਚਾਹੇ ਬੜੇ ਬੜੇ ਮਹਿਲ ਔਰ ਬੰਗਲੇ, ਚਾਹੇ ਬੜੀਆਂ ਬੜੀਆਂ ਕੋਠੀਆਂ, ਬੜੇ ਬੜੇ ਮਜ਼ਬੂਤ ਕਿਲੇ ਕਿਉਂ ਨਾ ਬਣਾ ਲਵੋ, ਮੌਤ ਲੁਕਿਆਂ ਲੁਕਣ ਨਹੀਂ ਦਿੰਦੀ, ਮੌਤ ਛੁਪਿਆਂ ਛੁਪਣ ਨਹੀਂ ਦਿੰਦੀ। ਇਸ ਮੌਤ ਦਾ ਇਨਕਾਰ ਵੀ ਨਹੀਂ ਹੈ, ਇਸ ਮੌਤ ਦੇ ਕੋਲੋਂ ਫਰਾਰ ਵੀ ਨਹੀਂ ਹੈ। ਹਜ਼ਰਾਤ ਤੇ ਗਿਰਾਮੀ, ਅੱਲਾਹ ਦੇ ਕੁਰਾਨ ਦਾ ਚੌਥਾ ਮੁਕਾਮ ਸੁਣਨਾ, ਮੇਰੇ ਰੱਬੁਲ ਆਲਮੀਨ ਨੇ ਐਲਾਨ ਫਰਮਾਇਆ, ਫਰਮਾਇਆ ਇਨ ਅੱਲਾਹ ਇੰਦਹੁ ਇਲਮੁਸ ਸਾਅ
فرماتی ہوں وینزل الغیث ویعلم ما فی الارحام وما تدری نفس ماذا تکسب غدا وما تدری نفس بأی ارض تموت. فرمایا لوگو قیامت دے دن دا علم صرف اور صرف اللہ پاک دے کولے، اے تے میرا مالک ہی جاندا ہے، اے زمین تے زلزلے کدو آ جان گے، اے تے میرا اللہ ہی جاندا ہے، آسمان کدو پٹ جائے گا، اے تے میرا مالک ہی جاندا ہے، نا دنیا ارض و سما دا نظام کدو درم اور برم ہو جائے گا، اے تے میرا اللہ ہی جاندا ہے، آسمان دے سورج دیاں روشنیاں اور چاند دیاں روشنیاں کدو ختم ہو جان گیاں، اے تے میرا مالک ہی جاندا ہے، نا کہ آسمان دے ستاریاں دے چراغ کدو بجھ جان گے. فرمایا وَيُنَزِّلُ الْغَيْثَ، لوگو آسمان تو بارشاں کدو آن گیاں، اے علم بھی میرے اللہ پاک دے کولے. وَيَعْلَمُ مَا فِي الْأَرْحَامِ، ماں دے پیٹ اندر کی بچیاں بچا، اے علم بھی اللہ پاک دے کولے. فرمایا لوگو تواڈے اندر تے کوئی بندہ اے بات نہیں جاندا، وما تدری نفس ماذا تکسب غدا، لوگو تواڈے اندر کوئی بندہ اے بات نہیں جاندا کہ اونے کل کی کرنا ہے. فرمایا لوگو کل تے بڑے دور دی بات ہے. وما تدری نفس بأی ارض تموت، تواڈے اندر کوئی بندہ اے بات بھی نہیں جاندا ان دی موت دا پیغام، اندا موت والا ویلا کتے آ جائے گا. حضرات تے گرامی، اے جاننا تے بڑے دور دی بات ہے، آ دیکھو تے صحیح نہ، اسی نماز عشاء ادا کیتی ہے، پتہ نہیں فجر دی نماز پڑھنی نصیب ہونی ہے کہ نہیں ہونی. میرا ویر فجر تے بڑے دور دی بات ہے، میں تے تسی درس قرآن سن سنا رہے ہوں، سن کے پتہ نہیں اپنے گھر اندر جانا بھی ہے کہ نہیں جانا. میرا ویر تیرا میرا گھر اندر جانا تے بڑے دور دی بات ہے. اللہ دی قسم اے سا آ گیا وے، اگلا سانس پتہ نہیں آنا وی اے کہ نہیں آنا. اے سارے علم جانن والا کون ہے؟ صرف اور صرف میرا اللہ ہے. میرا ویر موت دی تیاری کر، اے دنیا نال پیار نہ کر، اے دنیا دے نال محبت نہ کریا کر. بڑے بڑے اس دنیا اندر آئے، انہاں دنیا نال پیار کیتا لیکن دنیا نے انہاں نال پیار نہیں کیتا، انہاں دنیا نال محبتاں کیتیاں نے لیکن دنیا نے انہاں نال محبتاں نہیں کیتیاں، انہاں دنیا نال وفاواں کیتیاں نے لیکن دنیا نے انہاں نال وفا نہیں کیتی. میرا ویر اگر وہ نہیں رہے، رہنا تو ہی نہیں ہے. آج لوگاں دے جنازے ویکھنا وے، ایک ویلا آنا تیرا جنازہ بھی گلی اندر جا رہا ہوئے گا. آج لوگاں دے جنازے دے اعلان سننا وے، ایک ویلا آنا ہے تیرا بھی اعلان ہو رہا ہوئے گا. اے زندگی دے مک جانے سا بندے آو، اے سادانی کوئی وسا بندے آو، کیوں میری میری کرنا اے، کیوں کفر دی بیڑی چڑھنا اے، جھوٹا جھوٹے آندا ہوندے راہ بندے آو. اے سادانی کوئی وساں بندے آئے، تینو کفنی ایک پہناون گے، اونو جیب بھی کوئی نہیں لاون گے، جیب عملہ والی لوان بندے آئے، اے سادنی کوئی وساں بندے آئے. حضرات تے گرامی، میں جڑا پیغام دینا چاہنا وا، آج تسی اپنی آنکھاں دے نال بڑے بڑے جنازے دیکھ دے جے، آج تسی اپنے کناں دے نال بڑیاں بڑیاں میتاں دا اعلان سن دے جے، آج تسی اپنے ہتھاں دے نال بڑیاں بڑیاں میتاں نو دفن کر دے جے. آنکھوں سے تو نے اپنے کتنے جنازے دیکھے، ہاتھوں سے تو نے اپنے کتنے دفنائے مردے،
انجام سے تو اپنے اے غافل کیوں اتنا بے خبر ہے؟ دنیا کے اے مسافر منزل تیری قبر ہے۔ آئی تو بڑے بڑے جنازے ویکھنا وے، بڑے بڑے اعلان سننا وے، لیکن آپ فکر کر، آپ تیاری کر، میں جڑا پیغام دینا چاہنا وا لوگو جہان والیاں نو مردیاں ویکھنا وے بڑا سوکھا وے۔ اللہ دی قسم آپ مرنا بڑا ہی اوکھا وے۔ لوکاں دیاں میتاں ویکھنا وے، لوکاں دیاں میتاں نو دفن کرنا وے، لوکاں دیاں میتاں دے اعلان سننا، اے بڑا آسان کام ہے۔ آپ مرنا بڑا ہی اوکھا کام ہے۔ حضرات گرامی، صرف ایک واقعہ بیان کر کے اجازت چاہواں گا۔ آج فکر پیدا کرو نا میرے تواڈے پیارے پیغمبر امام الانبیاء خطیب الانبیاء سید الانبیاء جناب محمد رسول اللہ صلی اللہ علیہ وسلم، میرے محبوب دے صحابی نے حضرت عمر بن عاص رضی اللہ تعالی عنہ اپنی زندگی اندر ایک بات کیتا کر دے سی، فرمان دے نے لوگو منو نا لوگاں تے بڑا تعجب ہے، جنہ دا موت والا ویلا بالکل قریب آ گیا ہوندا ہے، اپنی اکھاں نال ویکھ بھی رہے ہوندے نے، اپنے کناں دے نال سن بھی رہے ہوندے نے، لیکن اپنی موت والیاں کفیتاں، اپنی موت والیاں حالتاں آپ بول کر کے بیان نہیں کر دے۔ حالانکہ انہاں نوں بیان کرنا چاہیدا وے، تاکہ جڑے بعد اندر آنے والے لوگ نے انہاں واسطے عبرت بن جائے، انہاں واسطے نصیحت ہو جائے، انہاں نوں بھی پتا چل جائے کہ جگہ جی لگانے کی یہ دنیا نہیں ہے، یہ عبرت کی جا ہے، کوئی تماشا نہیں ہے۔ انہاں نوں چاہیدا وے موتیاں حالتاں، موتیاں کفیتاں بیان کرن نہ۔ حضرات گرامی، اکثر اپنی زندگی اندر یہ والی بات فرمایا کر دے سی، حضرات پھر او والا ویلا آ جاندا اے۔ کیڑا ویلا؟ جڑا ہر انسان تے آ کر کے رہے گا، کوئی پتہ نہیں کدو آ جاوے۔ کوئی بچپن اندر جا رہے، کوئی جوانی اندر جا رہے، کوئی بڑے پے اندر جا رہے، کوئی کس عالم اندر جا رہے، کوئی کس عالم اندر جا رہے، ایک جا رہے دوسرے نو پیغام دے کے جا رہے کہ کوئی اج ٹریا کوئی کل ٹریا، اے دنیا آنی جانی ہے، اج ٹردیاں ویکھیں لوکاں نو کل واری تیری آنی ہے۔ حضرات گرامی توجہ کر دے جانا، میرے پیارے پیغمبر جناب محمد رسول اللہ صلی اللہ علیہ وآلہ وسلم، میرے پیغمبر دے صحابی نے حضرت عمر بن عاص فرمان دے نے لوگو منو انہاں لوکاں تے بڑا تعجب ہے، جڑی اپنی موت والیاں حالتاں، موت والیاں کفیتاں بیان نہیں کر دے۔ حضرات انہاں دا اپنا موت والا ویلا قریب آ جاندا ہے، میرے پیغمبر دے صحابی تیمارداری واسطے بیماری دی حالت دے اندر انہاں دے پاس آندے نے، آ کر کے فرمان دینے عمر بن عاص دسو تے صحیح نہ تہاڈا کی حال ہے؟ حضرت عمر بن عاص نے دیوار دی طرف منہ کر لیا تے رونا شروع کر دیتا ہے۔ فرمایا عمر بن عاص کیوں رو رہے جے؟ تسی ذرا اپنی موت والیاں حالتاں بیان کرو تے صحیح نہ، اپنی موت والیاں کفیتاں بیان کرو تے صحیح نہ، تسی تے فرمایا کر دے سی بنونا لوکاں تے بڑا تعجب ہے، جنہ دا موت والا ویلا بالکل قریب آ گیا ہوندا وے، اکھاں نال ویکھ وی رہے ہوندے نے، کناں دے نال سن وی رہے ہوندے نے، لیکن موت دی کفیت، موت دی حالت بیان نہیں کر دے۔ حضرت عمر بن عاص نے دیوار دی طرف منہ کر لیا تے رونا شروع کر دیتا ہے۔ حضرت عمر بن عاص روئی جا رہے نے، روئی جا رہے نے، اکھاں اندر صبح آئی جا رہے نے، پوچھن والے پوچھے آؤ عمر کیوں پہ رون دے جے؟ فرمان دے لوگو میری زندگی اندر تین دور آئے نے، ایک دور ہو سی جدو
ਮੈਂ ਕਲਮਾ ਨਹੀਂ ਸੀ ਪੜਿਆ, ਮੈਂ ਨਹੀਂ ਸੀ ਜਾਣਦਾ ਇਮਾਮ ਉਲ ਅੰਬੀਆ ਦਾ ਮੁਕਾਮ ਕੀ ਹੈ, ਮੈਂ ਨਹੀਂ ਸੀ ਜਾਣਦਾ ਆਪ ਦੀ ਅਜ਼ਮਤ ਕੀ ਹੈ, ਮੈਂ ਨਹੀਂ ਸੀ ਜਾਣਦਾ ਆਪ ਦਾ ਮੁਕਾਮ ਕੀ ਹੈ। ਪਰ ਮੈਂ ਇਸ ਵਾਸਤੇ ਰੋ ਰਿਹਾ ਵਾ, ਅਗਰ ਮੈਨੂੰ ਉਸ ਵੇਲੇ ਮੌਤ ਆ ਜਾਂਦੀ ਮੈਂ ਜਹਨਮ ਦਾ ਇੰਧਨ ਬਣ ਜਾਣਾ ਸੀ। ਪਰ ਮੈਂ ਫਿਰ ਮੇਰੀ ਜ਼ਿੰਦਗੀ ਅੰਦਰ ਦੂਸਰਾ ਦੌਰ ਆਇਆ ਤੇ ਉਹ ਵਾਲਾ ਦੌਰ ਆਇਆ, ਮੈਂ ਕਲਮਾ ਪੜਿਆ ਔਰ ਇਮਾਮ ਉਲ ਅੰਬੀਆ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਰਕਾਰ ਦਾ ਗੁਲਾਮ ਬਣ ਗਿਆ, ਆਪ ਦੀਆਂ ਜ਼ਿਆਰਤਾਂ ਕੀਤੀਆਂ, ਆਪ ਦੀਆਂ ਜ਼ਿਆਰਤਾਂ ਕੀਤੀਆਂ, ਆਪ ਦਾ ਦੌਰ ਪਾਇਆ। ਮੈਂ ਇਸ ਵਾਸਤੇ ਰੋ ਰਿਹਾ ਵਾਂ, ਮੈਂ ਇਸ ਵਾਸਤੇ ਕੰਦਰਾਂ ਸੁਭ ਆ ਰਿਹਾ ਵਾਂ, ਕਾਸ਼ ਮੈਂ ਉਦੋਂ ਫੋਤ ਹੋ ਜਾਂਦਾ ਜਦੋਂ ਇਮਾਮ ਉਲ ਅੰਬੀਆ ਮੌਜੂਦ ਸੀ, ਸਰਕਾਰ ਜਨਾਜ਼ਾ ਪੜਾਉਂਦੇ ਮੇਰੇ ਗੁਨਾਹਗਾਰ ਦਾ ਬੇੜਾ ਪਾਰ ਹੋ ਜਾਂਦਾ। ਹੁਣ ਮੇਰੀ ਜ਼ਿੰਦਗੀ ਦਾ ਤੀਸਰਾ ਦੌਰ ਜਾ ਰਿਹਾ ਵੇ, ਆਕਾ ਦੁਨੀਆ ਤੋਂ ਚਲੇ ਗਏ, ਅਸੀਂ ਦੁਨੀਆ ਦੇ ਫਿਤਨੋ ਫਸਾਦ ਅੰਦਰ ਮੁਬਤਲਾ ਹੋ ਗਏ ਔਰ ਮੈਨੂੰ ਪਤਾ ਨਹੀਂ ਹੈ ਮੇਰੇ ਅਮਰ ਬਿਨਾਸ਼ ਦੇ ਗੁਨਾਹ ਜ਼ਿਆਦਾ ਨੇ ਜਾਂ ਨੇਕੀਆਂ ਜ਼ਿਆਦਾ ਨੇ। ਹਜ਼ਰਤ ਤੇ ਫਿਕਰ ਕੌਣ ਕਰ ਰਿਹਾ ਵੇ, ਮੇਰੇ ਪੈਗੰਬਰ ਦਾ ਸਹਾਬੀ ਤੂੰ ਤੇ ਮੈਂ ਜਿੰਦੇ ਪੱਲੇ ਕੱਖ ਨਹੀਂ, ਨਾ ਦੀਨ ਨਾ ਦੁਨੀਆ ਨਾ ਨੇਕ ਅਮਲ, ਅਸੀਂ ਆਪਣੀ ਮੌਤ ਨੂੰ ਯਾਦ ਨਹੀਂ ਕਰਦੇ, ਆਖਰਤ ਦੀ ਫਿਕਰ ਨਹੀਂ ਕਰਦੇ। ਇਹ ਕੌਣ ਫਿਕਰ ਕਰ ਰਹੇ ਹੈ ਜਿਨ੍ਹਾਂ ਨੂੰ ਅਸਮਾਨ ਤੋਂ ਐਲਾਨ ਪਿਆ ਹੁੰਦਾ ਰਜ਼ੀ ਅੱਲਾਹੁ ਅਨਹੁਮ ਵਰਜ਼ੂਨ। ਇਹ ਮੇਰੇ ਪੈਗੰਬਰ ਦਾ ਸਹਾਬੀ ਹੈ ਨਾ, ਉਹ ਨਾ ਕਿਹਾ ਅਮਰ ਆਪਣੀਆਂ ਮੌਤ ਦੀਆਂ ਕਫੀਤਾਂ ਬਿਆਨ ਕਰੋ, ਆਪਣੀ ਮੌਤ ਦੀ ਹਾਲਤ ਬਿਆਨ ਕਰੋ ਨਾ। ਹਜ਼ਰਤ ਅਮਰ ਬਿਨ ਆਸ ਦੀਆਂ ਚੀਖਾਂ ਨਿਕਲ ਗਈਆਂ, ਆਖਣ ਲੱਗੇ ਲੋਕੋ ਕਿਹੜਾ ਸਵਾਲ ਕਰ ਲਿਆ ਏ, ਕਿਹੜਾ ਮੇਰੇ ਕੋਲੋਂ ਸਵਾਲ ਪੇ ਕਰਦੇ ਜੇ, ਮੌਤ ਇਤਨੀਆਂ ਤਕਲੀਫਾਂ ਇਤਨੇ ਦੁੱਖਾਂ ਔਰ ਇਤਨੇ ਸਦਮਿਆਂ ਦਾ ਨਾਮ ਏ ਕਿ ਕਾਇਨਾਤ ਦਾ ਕੋਈ ਬੰਦਾ ਮੌਤ ਦੀਆਂ ਹਾਲਤਾਂ ਬਿਆਨ ਹੀ ਨਹੀਂ ਕਰ ਸਕਦਾ, ਮੌਤ ਦੀਆਂ ਕਫੀਤਾਂ ਬਿਆਨ ਹੀ ਨਹੀਂ ਕਰ ਸਕਦਾ। ਉਹਨਾਂ ਆਖਿਆ ਅਮਰ ਬਿਨਾਸ਼ ਕੁਝ ਤੇ ਬਿਆਨ ਕਰੋ ਨਾ, ਤਾਂ ਕਿ ਜਿਹੜੇ ਬਾਅਦ ਅੰਦਰ ਆਉਣ ਵਾਲੇ ਲੋਕ ਨੇ ਉਹ ਦੁਨੀਆਂ ਨਾਲ ਪਿਆਰ ਨਾ ਕਰਨ, ਦੁਨੀਆਂ ਨਾਲ ਮੁਹੱਬਤ ਨਾ ਕਰਨ, ਬਲਕਿ ਸਖਤੀਆਂ ਵਾਲੀ ਮੌਤ ਦੀ ਤਿਆਰੀ ਕਰ ਲੈਣ। ਹਜ਼ਰਤ ਅਮਰ ਬਿਨ ਆਸ ਨੇ ਫਰਮਾਇਆ, ਉਹ ਲੋਕੋ ਅਗਰ ਮੇਰੇ ਕੋਲ ਪੁੱਛ ਲਿਆ ਤੇ ਸੁਣ ਲਓ, ਮੌਤ ਇਤਨੀਆਂ ਤਕਲੀਫਾਂ ਦਾ ਨਾਮ ਏ ਨਾ, ਮੌਤ ਇਤਨੀਆਂ ਸਖਤੀਆਂ ਦਾ ਨਾਮ ਏ ਕਿ ਮੈਨੂੰ ਇੰਜ ਪਿਆ ਲੱਗਦਾ ਵੇ ਜਿਵੇਂ ਮੈਂ ਆਪਣੇ ਬਿਸਤਰ ਤੇ ਨਹੀਂ ਲੇਟਿਆ, ਬਲਕਿ ਮੈਨੂੰ ਇੰਜ ਪਿਆ ਲੱਗਦਾ ਨਾ ਕਿ ਜਿਵੇਂ ਮੈਨੂੰ ਬਿਸਤਰ ਤੋਂ ਉਠਾ ਕਰਕੇ ਜ਼ਮੀਨ ਤੇ ਲਿਟਾ ਦਿੱਤਾ ਗਿਆ ਏ, ਔਰ ਮੈਨੂੰ ਇੰਜ ਪਿਆ ਲੱਗਦਾ ਨਾ ਜਿਵੇਂ ਮੈਨੂੰ ਜ਼ਮੀਨ ਤੇ ਲਿਟਾ ਕਰਕੇ ਮੇਰੇ ਉੱਪਰ ਅਸਮਾਨ ਗਿਰਾ ਦਿੱਤਾ ਗਿਆ ਵੇ, ਔਰ ਮੈਨੂੰ ਇਸ ਤਰ੍ਹਾਂ ਮਹਿਸੂਸ ਪਿਆ ਹੁੰਦਾ ਹੈ ਕਿ ਜਿਵੇਂ ਮੈਨੂੰ ਜ਼ਮੀਨ ਔਰ ਅਸਮਾਨ ਦੇ ਦਰਮਿਆਨ ਦਬਾਇਆ ਜਾ ਰਿਹਾ ਹੈ। ਔਰ ਲੋਕੋ ਮੇਰੇ ਪੇਟ ਅੰਦਰ ਇਤਨੀਆਂ ਤਕਲੀਫਾਂ ਨੇ ਕਿ ਮੈਨੂੰ ਇੰਜ ਪਿਆ ਲੱਗਦਾ ਨਾ ਕਿ ਜਿਵੇਂ ਮੇਰੇ ਪੇਟ ਦੇ ਅੰਦਰ ਖਜੂਰ ਦੇ ਕੰਡੇ ਭਰ ਦਿੱਤੇ ਗਏ ਨੇ, ਔਰ ਲੋਕੋ ਮੇਰੀ ਗਰਦਨ ਤੇ ਇਤਨਾ ਜ਼ਿਆਦਾ ਬੋਝ ਏ ਨਾ ਕਿ ਮੈਨੂੰ ਇੰਜ ਪਿਆ ਮਹਿਸੂਸ ਹੁੰਦਾ ਹੈ ਜਿਵੇਂ ਇੱਕ ਬਹੁਤ ਬੜਾ ਪਹਾੜ ਉਠਾ ਕਰਕੇ ਮੇਰੀ ਗਰਦਨ ਦੇ ਉੱਪਰ ਰੱਖ ਦਿੱਤਾ ਗਿਆ ਹੈ। ਲੋਕੋ ਮੇਰਾ ਸਾਹ ਇਤਨਾ ਜ਼ਿਆਦਾ ਤੰਗ ਹੋ ਰਿਹਾ ਹੈ, ਮੈਨੂੰ ਇਤਨੀ ਸਾਹ ਦੀ ਤਕਲੀਫ ਹੋ ਰਹੀ ਹੈ ਕਿ ਮੈਨੂੰ ਇੰਜ ਪਿਆ ਲੱਗਦਾ ਹੈ ਜਿਵੇਂ ਮੇਰੇ ਸਾਹ ਨੂੰ ਸੂਈ ਦੇ ਸੁਰਾਖ ਅੰਦਰੋਂ ਗੁਜ਼ਾਰਿਆ ਜਾ ਰਿਹਾ ਹੈ। ਹਜ਼ਰਤ ਤੇ ਗ੍ਰਾਮੀ ਇਹ ਕਫੀਤਾ ਇਹ ਹਾਲਤਾ ਇਹ ਸਾਰਾ ਵਾਕਿਆ ਬਿਆਨ ਕਰਨ ਤੋਂ ਬਾਅਦ ਹਜ਼ਰਤ ਅਮਰ ਬਿਨਾਸ ਦੋਨੋਂ ਮੁੱਠੀਆਂ ਬੰਦ ਕਰ ਲੈਂਦੇ ਨੇ, ਆਪਣੇ ਬਾਜ਼ੂ ਸਿੱਧੇ ਕਰ ਦਿੰਦੇ ਨੇ, ਨਾਲ ਹੀ ਕਹਿ ਰਹੇ ਲਾ ਇਲਾਹਾ ਇਲਲਲਾਹ ਲਾ ਇਲਾਹਾ ਇਲਲਲਾਹ ਲਾ ਇਲਾਹਾ ਇਲਲਲਾਹ। ਇਧਰੋਂ ਕਲਮਾ ਪੜਦੇ ਜਾ ਰਹੇ ਨੇ, ਉਧਰੋਂ ਰੂਹ ਪਰਵਾਜ਼ ਕਰਦੀ ਜਾ ਰਹੀ ਏ।
ਦੁਆ ਕਰੋ ਅੱਲਾ ਸਾਨੂੰ ਵੀ ਐਸੀ ਮੌਤ ਨਸੀਬ ਫਰਮਾਏ। ਮੇਰੀ ਜਮਾਤ ਦੇ ਬਜ਼ੁਰਗ ਸ਼ੈਖੁਲ ਕੁਰਾਨ ਰਹਿਮਹੁੱਲਾ ਦੁਆ ਕੀਤਾ ਕਰਦੇ ਸੀ, ਫਰਮਾਉਂਦੇ ਜਦੋਂ ਜ਼ਿੰਦਗੀ ਦਾ ਆਖਰੀ ਆਵੇ ਸਾ ਅੱਲਾ ਮੈਂ ਪੜਾ ਲਾ ਇਲਾਹਾ ਇਲਲਾ, ਮੇਰੀ ਲੱਗੀ ਤੋੜ ਨਿਭਾ ਅੱਲਾ ਮੈਨੂੰ ਫਕਤ ਸਹਾਰਾ ਤੇਰਾ ਏ। ਮੇਰੇ ਵੀਰ ਮੁਸਾਫਿਰ ਸੋਚ ਜ਼ਰਾ, ਇਸ ਜੱਗ ਤੇ ਇੱਕੋ ਹੀ ਫੇਰਾ ਏ, ਇੱਥੋਂ ਨਜ਼ਰ ਬਚਾ ਕੇ ਟੁਰ ਚੱਲੀਏ ਸਾਡਾ ਅੱਗੇ ਸਫ਼ਰ ਲੰਬੇਰਾ ਏ। ਮੇਰਾ ਵੀਰ ਮੌਤ ਦਾ ਫੈਸਲਾ ਅਟਲ ਫੈਸਲਾ ਏ, ਇਹ ਦੁਨੀਆ ਨਾਲ ਪਿਆਰ ਨਾ ਕਰਿਆ ਕਰ, ਕਿਉਂ ਵਾ ਮਲ ਆਇਆ ਤੂੰ ਦੁਨੀਆ ਇਲਾ ਮਤਾ ਉਲ ਗੁਰੂਰ। ਇਹ ਦੁਨੀਆ ਦੀ ਜ਼ਿੰਦਗੀ ਧੋਖਾ ਹੀ ਧੋਖਾ ਹੈ, ਦੁਨੀਆ ਕੋ ਜੰਨਤ ਬਣਾਨੇ ਵਾਲੋ ਆ ਮਾਲਕਾ ਜਵਾਬ ਦੇਣਾ ਪੜੇਗਾ, ਆਪਣੇ ਆ ਮਾਲਕਾ ਜਾਇਜ਼ਾ ਲੋ ਵਰਨਾ ਅਸ਼ਰ ਮੇ ਰੋਣਾ ਪੜੇਗਾ। ਛੋੜ ਦੇ ਜ਼ਿੰਦਗੀ ਕਾ ਯੇ ਮੇਲਾ, ਜਾਏਗਾ ਯਹਾਂ ਸੇ ਤੂੰ ਅਕੇਲਾ, ਪਹਿਨ ਕੇ ਕਫਨ ਕਾ ਇੱਕ ਜੋੜਾ ਜਬ ਜਨਾਜ਼ੇ ਮੇ ਸੋਨਾ ਪੜੇਗਾ। ਦੁਨੀਆ ਕੋ ਜੰਨਤ ਬਣਾਨੇ ਵਾਲੋ ਆ ਮਾਲਕਾ ਜਵਾਬ ਦੇਣਾ ਪੜੇਗਾ, ਆਪਣੇ ਆ ਮਾਲਕਾ ਜਾਇਜ਼ਾ ਲੋ ਵਰਨਾ ਅਸ਼ਰ ਮੇ ਰੋਣਾ ਪੜੇਗਾ। ਚਾਰ ਯਾਰੋ ਕੇ ਕੰਧੋਂ ਪੇ ਜਿਸ ਦਮ ਨਿਕਲੇਗੀ ਮਈਅਤ ਤੇਰੀ ਘਰ ਸੇ, ਚਾਰ ਯਾਰੋ ਕੇ ਕੰਧੋਂ ਪੇ ਜਿਸ ਦਮ ਨਿਕਲੇਗੀ ਮਈਅਤ ਤੇਰੀ ਘਰ ਸੇ, ਖੂਬਸੂਰਤ 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 ਹਸੀ ਯੇ ਬਦਨ ਹੈ, ਇਸ ਕੋ ਬੇਜਾਨ ਹੋਣਾ ਪੜੇਗਾ। ਦੁਨੀਆ ਕੋ ਜੰਨਤ ਬਣਾਨੇ ਵਾਲੋ ਆ ਮਾਲਕਾ ਜਵਾਬ ਦੇਣਾ ਪੜੇਗਾ। ਫਰਮਾਇਆ ਫਮਨ ਜ਼ੁਹਜ਼ਿਹਾ ਅਨਿ ਨਾਰੀ ਵਾ ਉਦਖਿਲਲ ਜੰਨਤ ਫਕਦ ਫਾਜ਼, ਜਿਹੜਾ ਜਹੰਨਮ ਤੋਂ ਬਚਾ ਲਿਆ ਗਿਆ ਜੰਨਤ ਅੰਦਰ ਚਲਾ ਗਿਆ, ਸਮਝੋ ਉਹਨੂੰ ਮੇਰੇ ਅੱਲਾਹ ਨੇ ਕਾਮਯਾਬ ਕਰ ਦਿੱਤਾ। ਅੱਲਾਹ ਸਾਨੂੰ ਸਹੀ ਮਾਨੇ ਅੰਦਰ ਦੁਨੀਆ ਔਰ ਆਖਰਤ ਦੀਆਂ ਕਾਮਯਾਬੀਆਂ ਤਾ ਫਰਮਾਏ। ਆਖਿਰੁ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ। ਇੰਟਰਨੈਸ਼ਨਲ ਇਸਲਾਮਿਕ ਰਿਸਰਚ ਸੈਂਟਰ।